ਕੀ ਮਰਦੇ ਦਮ ਤੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਿਰਫ ਜਥੇਦਾਰ ਗੁਰਚੰਦ ਸਿੰਘ ਟੋੜਾ ਹੀ ਮਦਦ ਕਰਦੇ ਰਹੇ ਨੇ ਉਹ ਕਿਹੜੇ ਕਾਲੀ ਸਨ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਕਾਂਗਰਸ ਦਾ ਏਜੰਟ ਆਖਦੇ ਰਹੇ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਜਥੇਦਾਰ ਗੁਰਚੰਦ ਸਿੰਘ ਟੋੜਾ ਵਿਚਕਾਰ ਹੋਈ ਆਖਰੀ ਮੁਲਾਕਾਤ ਦੌਰਾਨ ਸੰਤਾ ਨੇ ਜਥੇਦਾਰ ਟੋੜਾ ਨੂੰ ਕਿਉਂ ਕਿਹਾ ਕਿ ਤੁਸੀਂ ਪਾਕਿਸਤਾਨ ਚਲੇ ਜਾਓ ਮੈਂ ਸਾਰੇ ਪ੍ਰਬੰਧ ਕਰ ਦਿੰਦਾ ਤੇ ਕੀ ਆਪਰੇਸ਼ਨ ਬਲੂ ਸਟਾਰ ਦਰਬਾਰ ਸਾਹਿਬ ਤੇ ਹਮਲਾ ਅਕਾਲ ਤਖਤ ਤੇ ਹਮਲਾ ਇਸ ਹਮਲੇ ਨੂੰ ਰੋਕਣ ਵਾਸਤੇ ਜਥੇਦਾਰ ਗੁਰਚੰਦ ਸਿੰਘ ਟੋੜਾ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਜਾਂ ਫਿਰ ਸੈਂਟਰ ਨੂੰ ਚਿੱਠੀ ਲਿਖੀ ਸੀ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਨਾ ਹੋਵੇ ਇਸ ਮੁਤਲਕ ਕੀ ਅਕਾਲੀਆਂ ਨੇ ਕਿੰਨੀ ਤਰੀਕ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਉਸ ਮੁਲਾਕਾਤ ਦੇ ਦਰਮਿਆਨ ਕੀ ਕੁਝ ਹੋਇਆ ਅੱਜ ਅਸੀਂ ਸਿਆਸੀ ਕਿਸੇ ਵਿੱਚ ਅਜਿਹੇ ਨਵੇਂ ਪਹਿਲੂਆਂ ਤੇ ਹੀ ਗੱਲਬਾਤ ਕਰਾਂਗੇ ਕਿ ਆਖਰ ਜਥੇਦਾਰ ਗੁਰਚੰਦ ਸਿੰਘ ਟਵਾੜਾ ਦੀ ਸ਼ਖਸੀਅਤ ਸਿਆਸਤ ਦੇ ਵਿੱਚ ਕਿੱਥੇ ਨਫੇ 'ਚ ਰਹੀ ਤੇ ਕਿੱਥੇ ਮਨਾਫੇ 'ਚ ਰਹੀ ਜਾਂ ਕਿੱਥੇ ਘਾਟੇ 'ਚ ਰਹੀ ਹੈ ਜਥੇਦਾਰ ਗੁਰਚੰਦ ਸਿੰਘ ਟਵਾੜਾ ਬਾਰੇ ਅਸੀਂ ਤੁਹਾਨੂੰ ਕਈ ਪਹਿਲੂ ਦੱਸੇ ਨੇ ਅੱਜ ਅਸੀਂ ਜਿਹੜੀ ਨਵੀਂ ਗੱਲ ਕਰਾਂਗੇ ਉਹ ਇਹ ਹੈ ਕਿ ਮੰਨਿਆ ਜਾਂਦਾ ਰਿਹਾ ਕਿ ਜਥੇਦਾਰ ਗੁਰਚੰਦ ਸਿੰਘ ਟੋੜਾ ਜਿਹੜੇ 27 ਸਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਉਹਨਾਂ ਦਾ ਜਿਹੜਾ ਕੰਮ ਕਾਜ ਦਾ ਤਰੀਕਾ ਉਹ ਬੜਾ ਸਾਫ਼ ਸਪਸ਼ਟ ਤੇ ਸਾਰਿਆਂ ਨਾਲ ਲੈ ਕੇ ਚੱਲਣ ਵਾਲਾ ਸੀ ਔਰ ਸ਼ਾਇਦ ਪੰਥ ਨੂੰ ਲੈ ਕੇ ਉਹਨਾਂ ਦੀ ਕਮਿਟਮੈਂਟ ਇੰਨੀ ਜ਼ਿਆਦਾ ਸੀ ਤਾਂ ਹੀ ਉਹ 27 ਸਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਔਰ ਖਾਸ ਕਰਕੇ ਜਿਹੜੀਆਂ ਸਿੱਖ ਸੰਸਥਾਵਾਂ ਨੇ ਚਾਹੇ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹ ਵਿੱਚ ਆਏ ਫਿਰ ਅਕਾਲ ਤਖਤ ਸਾਹਿਬ ਹੋਵੇ ਉਹਦੀ ਸਰਵਉੱਚਤਾ ਨੂੰ ਲੈ ਕੇ ਪ੍ਰਭੂ ਸਤਮ ਲੈ ਕੇ ਉਹਨਾਂ ਦੀ ਜਿਹੜੀ ਸੋਚ ਸਿਆਸਤ ਜਾਂ ਜਿਹੜਾ ਉਹਨਾਂ ਦੇ ਏਜੰਡਾ ਸੀ ਉਹ ਬੜਾ ਸਪਸ਼ਟ ਸੀ ਔਰ ਸਭ ਤੋਂ ਵੱਡੀ ਗੱਲ ਇਹ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਕਿਹੜੇ ਕਾਲੀਦਲ ਵਾਲੇ ਕਾਂਗਰਸ ਦਾ ਏਜੰਟ ਕਹਿੰਦੇ ਰਹੇ ਪਰ ਜਿੱਥੇ ਦਾ ਗੁਰਚੰਦ ਸਿੰਘ ਟੋੜਾ ਹੋਣਾ ਨੇ ਅੰਤ ਤੱਕ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨਾਲ ਦੋਸਤੀ ਕਹਿ ਲੋ ਜਾਂ ਲੀਡਰ ਹੋਣ ਦੇ ਨਾਤੇ ਆਪਣਾ ਪੂਰਾ ਫਰਜ਼ ਨਿਭਾਇਆ ਸਿਰਫ ਜਦਦਰ ਟੋੜਾ ਹੀ ਨਹੀਂ ਇਹ ਵੀ ਦੱਸਿਆ ਜਾਂਦਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਦੇਵਾਲ ਸਿੰਘ ਅਜਨੋਹਾ ਹੋਣਾ ਨੇ ਵੀ ਇਹ ਦੋ ਹਸਤੀਆਂ ਸਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਲ ਡਟੇ ਰਹੇ ਉਹਨਾਂ ਦੀ ਮਦਦ ਕਰਦੇ ਰਹੇ ਕਾਰਨ ਸਾਫ਼ ਆ ਕਿ ਜਥੇਦਾਰ ਗੁਰਚੰਦ ਸਿੰਘ ਟੋੜਾ ਹੋਣਾ ਦੇ ਟੀਚੇ ਸਪਸ਼ਟ ਤੇ ਸਾਪਸਨ ਇਸ ਬਾਰੇ ਜਗਤਾਰ ਸਿੰਘ ਹੋਣੀ ਜਿਹੜੇ ਸੀਨੀਅਰ ਪੱਤਰਕਾਰ ਤੇ ਲੇਖਕ ਨੇ ਉਹ ਇਸ ਤਰ੍ਹਾਂ ਖਲਾਸਾ ਕਰਦੇ ਨੇ ਕਿ ਮੈਂ 79 ਅਰਲੇ ਮੇਰੀ ਪੋਸਟਿੰਗ ਦਾ ਮਸਰ ਹੁੰਦੀ ਹੈ ਟਰਾਂਸਫਰ ਹੋਈ ਚੰਡੀਗੜ੍ਹ ਤੋਂ ਮੈਂ ਪਹਿਲੀ ਵਾਰੀ ਸਿਕ ਸਿਆਸਤ ਦੇ ਮਨੁਸ ਦੇ ਵਿੱਚ ਪਿਆ ਅਨਰੋਹੀ ਉਸ ਤੋਂ ਪਹਿਲਾਂ ਮੇਰੀ ਕੋ ਬੈਕਗ੍ਰਾਉਂਡ ਐਨੀ ਸੀਗੀ ਉੱਥੇ ਮੈਂ ਉਹਦੀ ਫੰਕਸ਼ਨਿੰਗ ਦੇਖਦਾ ਰਿਹਾ ਲਗਾਤਾਰ ਇੱਕ ਜਿਹੜੀ ਕਮਿਟਮੈਂਟ ਸੀ ਪੰਥ ਦੇ ਬਾਰੇ ਸਿਕਸ ਸੰਸਥਾਵਾਂ ਦੇ ਬਾਰੇ ਉਹ ਬਹੁਤ ਕਲੀਅਰ ਸੀ ਸਾਰੀ ਗਲਤੀ ਆ ਕਿ ਮਸਲਨ ਸਾਡੇ ਜਨਰਲ ਸੀ ਪਟੜਾਲੇ ਹੁਣ ਜਿਨ੍ਹਾਂ ਬਾਰੇ ਬੜਾ ਪ੍ਰਚਾਰ ਚੱਲਿਆ ਆਪਣੇ ਬਾਦਲ ਸਾਹਿਬ ਦੇ ਕੈਂਪਨੇ ਉਸ ਵੇਲੇ ਵੀ ਪ੍ਰਚਾਰ ਕੀਤਾ ਬਈ ਕਾਂਗਰਸ ਦਾ ਏਜੰਟ ਹੈ ਵਿਸ਼ਾ ਵੱਖਰਾ ਹੈ ਮੈਂ ਸਿਰਫ ਇੱਕ ਗੱਲ ਕਹਾਂਗਾ ਕਿ ਸ਼ੁਰੂ ਦੇ ਵਿੱਚ ਸਤਪੰਡਰਾਲਿਆ ਨੂੰ ਸਪੋਰਟ ਕਰਨ ਵਾਲਾ ਜੋ ਕੋਈ ਬੰਦਾ ਸੀ ਤੋਂ ਗੁਰਚਰ ਸਿੰਘ ਟੋੜਾ ਸੀ ਨਾਲ ਅਕਾਲ ਤਖਤ ਦਾ ਜਹੇਦਾਰ ਯਾਨੀ ਗੁਰਦੇਵ ਸਿੰਘ ਜਿਹੜਾ ਇਹ ਦੋ ਵੱਡੇ ਲੀਡਰ ਪੰਥ ਦੇ ਉਹਨਾਂ ਨੇ ਸਪੋਰਟ ਤੇ ਆਏ ਸੀਗੇ ਸੋ ਇਹ ਇੱਕ ਕਲੀਅਰ ਹੋ ਗਿਆ ਚੱਲਦੇ ਸੀ ਕਿ ਮਨ ਲਾਈਨ ਕੀ ਲੈਣੀ ਹੈ ਪਰਸਨ ਦਾ ਕੋਈ ਨਹੀਂ ਸੀ ਨਹੀਂ ਤਾਂ ਇਹ ਹੁੰਦਾ ਕਿ ਤੁਸੀਂ ਹੀਰਾ ਫਿਰੇਜ ਕਿਤੇ ਛੋਟੇਜ ਫਸ ਗਏ ਕ腐ਸ਼ਨ ਦੇ ਵਿੱਚ ਫਸ ਗਏ ਉਹ ਬਿਲਕੁਲ ਸਾਫ਼ ਸੀ ਸਿਆਸਤ ਸਾਫ਼ ਸੀ ਤੇ ਅਗਨੇ ਨਿਸ਼ਾਨੇ ਸਾਫ਼ ਸੀ ਜਥੇਦਾਰ ਗੁਰਚਰਨ ਸਿੰਘ ਟੋੜਾ ਹੋਣਾ ਨੂੰ ਲੈ ਕੇ ਕਈ ਵਿਵਾਦ ਵੀ ਖੜੇ ਕੀਤੇ ਜਾਂਦੇ ਰਹੇ ਤੇ ਕਈ ਇਲਜ਼ਾਮ ਵੀ ਲੱਗਦੇ ਰਹੇ ਨੇ ਪਹਿਲੂ ਇਹ ਵੀ ਆ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਇਹ ਵੀ ਇਲਜ਼ਾਮ ਲਗਾਏ ਸਨ ਕਿ ਜ਼ਥੇਦਾਰ ਗੁਰਚਨ ਸਿੰਘ ਟੋੜਾ ਹੋਣਾ ਨਹੀਂ ਹਮਲਾ ਕਰਵਾਇਆ ਹਮਲਾ ਕਰਵਾਉਣ ਵਾਸਤੇ ਉਹਨਾਂ ਨੇ ਪੰਜਾਬ ਦੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਲੇਕਿਨ ਜਦ ਸਥਿਤੀਆਂ ਸਪਸ਼ਟ ਹੋਈਆਂ ਪਹਿਲੂ ਸਪਸ਼ਟ ਹੋਏ ਤੇ ਫਿਰ ਫੈਡਰੇਸ਼ਨ ਵਾਲਿਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿਉਂਕਿ ਜ਼ਥੇਦਾਰ ਗੁਰਚਨ ਸਿੰਘ ਟੋੜਾ ਪੰਜਾਬ ਦੇ ਰਾਜਪਾਲ ਨੂੰ ਕਿਸੇ ਹੋਰ ਮਕਸਦ ਵਾਸਤੇ ਮਿਲੇ ਸੀ ਨਾ ਕਿ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਜਿਹੜਾ ਉਹਨਾਂ ਤੇ ਸਿੱਧੇ ਰੂਪ ਵਿੱਚ ਇਲਜ਼ਾਮ ਲਗਾਇਆ ਗਿਆ ਸੀ ਜਦ ਕਿ ਉਹਨਾਂ ਇਲਜ਼ਾਮਾਂ ਦੇ ਵਿੱਚ ਸਚਾਈ ਕੁਝ ਵੀ ਨਹੀਂ ਸੀ ਇਹ ਵੀ ਇਲਜ਼ਾਮ ਲੱਗਾ ਸੀ ਖੀਰ ਤੇ ਆ ਕੇ ਕਿ ਸਿੱਖ ਫੈਡਰੇਸ਼ਨ ਨੇ ਲਾਇਆ ਸੀ ਬਟੋੜਾ ਸਾਹਿਬ ਮਿਲੇ ਜਾ ਕੇ ਵਰਨਰ ਨੂੰ ਤੇ ਬਲੂ ਸਟਾਰ ਕਰਵਾਇਆ ਇਹ ਇਲਜ਼ਾਮ ਹੀ ਲੱਗਿਆ ਸੀ ਹਾਂਜੀ ਤੇ ਬਾਅਦ ਚ ਸਮਝ ਆਈ ਵੀ ਇਹ ਗੱਲ ਇਹ ਨਹੀਂ ਸੀ ਉਹ ਕਿਸੇ ਹੋਰ ਕੰਮ ਤੇ ਮਿਲੇ ਸੀਗੇ ਤੇ ਉਹਨਾਂ ਨੂੰ ਮਿਲਦੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਹੁੰਦਾ ਮੈਂ ਨਾਲ ਇੱਥੇ ਵੀ ਜ਼ਿਕਰ ਕਰ ਦਿਆਂ ਜਿਹੜੀ 27 ਸਾਲ ਦੀ ਗੱਲ ਕਰਦੇ ਆਂ ਜਦੋਂ ਉਹਨਾਂ ਨੇ ਇਹ ਕੰਮ ਕਰਨੇ ਹੁੰਦੇ ਸੀ ਐਸਜੀਪੀਸੀ ਦੇ ਫਿਰ ਉਹ ਪਰਵਾਹ ਨਹੀਂ ਸੀ ਕਰਦੇ ਹੁੰਦੇ ਜਗਤਾਰ ਸਿੰਘ ਹੁਣੀ ਦੱਸਦੇ ਨੇ ਕਿ ਅਸਲ 'ਚ ਜ਼ਥੇਦਾਰ ਗੁਰਚੰਦ ਸਿੰਘ ਟੋੜਾ ਹੁਣੀ ਜਿਨ੍ਹਾਂ ਨੂੰ ਵੀ ਮਿਲਦੇ ਸੀ ਉਹ ਟਾਈਮ ਲੈ ਕੇ ਮਿਲਦੇ ਸੀ ਚੋਰੀ ਛਿਪੇ ਕਦੀ ਵੀ ਨਹੀਂ ਮਿਲਦੇ ਸੀ ਕਿਉਂਕਿ ਉਹਨਾਂ ਦਾ ਮਕਸਦ ਬੜਾ ਕਲੀਅਰ ਹੁੰਦਾ ਸੀ ਜਦ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਸੀ 1992 ਚ ਉਸ ਸਮੇਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਿੰਦ ਸਿੰਘ ਸਨ ਤੇ ਬਿੰਦ ਸਿੰਘ ਬਾਰੇ ਇਹ ਉਸ ਸਮੇਂ ਸੀ ਕਿ ਉਹ ਕਾਲੀ ਲੀਡਰਾਂ ਨੂੰ ਕੁਚਲ ਰਹੇ ਨੇ ਕਾਲੀ ਦਲ ਦੀ ਸੋਚ ਨੂੰ ਖਤਮ ਕਰਤੇ ਲੱਗੇ ਹੋਏ ਨੇ ਫਿਰ ਲੋੜ ਪੈਣ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਜਥੇਦਾਰ ਗੁਰਚੰਦ ਸਿੰਘ ਟੋੜਾ ਹੋਣੀ ਬਿੰਦ ਸਿੰਘ ਹੋਣਾ ਨੂੰ ਵੀ ਮਿਲੇ ਔਰ ਬਿੰਦ ਸਿੰਘ ਹੋਣਾ ਨੇ ਵੀ ਉਹਨਾਂ ਦਾ ਇੰਨਾ ਜ਼ਿਆਦਾ ਸਤਿਕਾਰ ਕੀਤਾ ਕਿ ਜਿਸ ਦਿਨ ਉਹ ਮੁੱਖ ਮੰਤਰੀ ਦੇ ਘਰ ਮਿਲਣ ਗਏ ਤਾਂ ਉਹਨਾਂ ਦਾ ਸਵਾਗਤ ਕਰਨ ਵਾਸਤੇ ਬਿੰਦ ਸਿੰਘ ਗੇਟ ਦੇ ਬਾਹਰ ਖੜੇ ਸਨ ਤੇ ਜਦੋਂ ਮੁਲਾਕਾਤ ਖਤਮ ਹੋ ਜਾਂਦੀ ਆ ਫਿਰ ਉਹਨਾਂ ਨੂੰ ਉਹਨਾਂ ਦੀ ਕਾਰ ਤੱਕ ਛੱਡਣ ਆਉਂਦੇ ਨੇ ਇਹ ਜਥੇ ਦਾ ਗੁਰਚਨ ਸਿੰਘ ਟੋੜਾ ਹੋਣਾ ਦਾ ਸਿਰ ਬਿੰਦ ਸਿੰਘ ਨੇ ਸਾਰੇ ਲੋਕ ਸਤਿਕਾਰ ਕਰਦੇ ਸਨ ਔਰ ਜਿੰਨੂੰ ਵੀ ਉਹ ਮਿਲਦੇ ਸੀ ਉਹ ਚੋਰੀ ਸ਼ਿਪਿੰਗ ਨਹੀਂ ਸੀ ਮਿਲਦੇ ਟਾਈਮ ਲੈ ਕੇ ਮਿਲਦੇ ਸੀ ਕਿਉਂਕਿ ਉਹਨਾਂ ਦਾ ਅਜੰਡਾ ਬਿਲਕੁਲ ਸਪਸ਼ਟ ਤੇ ਸਾਫ਼ ਹੁੰਦਾ ਸੀ ਸਰਦਾਰ ਬਿਆਸ ਸਿੰਘ ਜਿਹੜਾ ਸਾ ਬਿਆਸ ਸਿੰਘ ਬਹੁਤ ਬਦਨਾਮ ਸੀ ਅਕਾਲੇਦਾਨ ਨੂੰ ਪੂਰਾ ਕ੍ਰਸ਼ ਕਰ ਰਹੇ ਸੀਗੇ ਐਸਜੀਪੀਸੀ ਦੀ ਕੋਈ ਸਮੱਸਿਆ ਆ ਗਈ ਸੀਗੀ ਉਹਨਾਂ ਨੇ ਮਿਲਣਾ ਸੀ ਟਾਈਮ ਲਿਆ ਚੋਰੀ ਨਹੀਂ ਟਾਈਮ ਲੈ ਕੇ ਮਿਲੇ ਸਾ ਬਿਆਸ ਸਿੰਘ ਰਿਸਿਵ ਕਰਨ ਆਏ ਗੇਟ ਤੇ ਔਰ ਛੱਡ ਕੇ ਗਏ ਜਿਹੜੀ ਇਹ ਸਟਾਈਲ ਹੈ ਫੰਕਸ਼ਨਿੰਗ ਦਾ ਇਹਦੇ ਕਰਕੇ ਉਹ 27 ਸਾਲ ਲੰਬੇ ਚੱਲੇ ਉਹਨਾਂ ਦੀ ਜਿਹੜੀ ਪਰਸਨਲ ਫੰਕਸ਼ਨਿੰਗ ਸੀਗੀ ਐਸਜੀਪੀਸੀ ਪ੍ਰਧਾਨ ਉੱਥੇ ਕੋਈ ਅੱਜ ਤੱਕ ਕਿੰਤੂ ਪਰੰਤੂ ਨਹੀਂ ਕਰ ਸਕਦਾ ਇਸ ਕਰਕੇ ਜਿਹੜਾ ਇਹਨਾਂ ਦਾ ਕੈਰੀਅਰ ਹੈ ਉਹ ਫਲਾਉਨਸ ਜਥੇਦਾਰ ਗੁਰਜਨ ਸਿੰਘ ਟੋੜਾ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਮੁਲਾਕਾਤ ਅਕਸਰ ਹੀ ਹੁੰਦੀ ਰਹਿੰਦੀ ਆ ਪਰ ਜਿਹੜੀ ਆਖਰੀ ਮੁਲਾਕਾਤ ਉਹਨਾਂ ਦੀ ਹੋਈ ਉਹ ਸੀ 3 ਜੂਨ 1984 ਜਗਤਾਰ ਸਿੰਘ ਉਹ ਨਹੀਂ ਦੱਸਦੇ ਨੇ ਕਿ ਜਦੋਂ ਗੋਲੀਆਂ ਵਰ ਰਹੀਆਂ ਸੀ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੇ ਜਥੇਦਾਰ ਗੁਰਚਨ ਸਿੰਘ ਟੋੜਾ ਨੂੰ ਕਿਹਾ ਕਿ ਮੈਂ ਤੇ ਹੁਣ ਸ਼ਹੀਦੀ ਪਾਉਣੀ ਆ ਤੁਸੀਂ ਇੱਥੋਂ ਚਲੇ ਜਾਓ ਤੇ ਮੈਂ ਤੁਹਾਡੇ ਪ੍ਰਬੰਧ ਇੰਤਜ਼ਾਮ ਕਰ ਦਿੰਦਾ ਕਿ ਤੁਸੀਂ ਪਾਕਿਸਤਾਨ ਚਲੇ ਜਾਓ ਬਾਅਦ ਚ ਆ ਕੇ ਤੁਸੀਂ ਕੌਮ ਦੀ ਅਗਵਾਈ ਕਰਿਓ ਪਰ ਦੋ ਟੁਕ ਜਵਾਬ ਦਿੱਤਾ ਜਥੇਦਾਰ ਗੁਰਚਨ ਸਿੰਘ ਟੋੜਾ ਹੋਣਾ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੂੰ ਕਿ ਮੈਂ ਇੰਨਾ ਕਾਬਲ ਨਹੀਂ ਆ ਤੁਸੀਂ ਹੀ ਕੌਮ ਦੀ ਅਗਵਾਈ ਕਰੋਗੇ ਤੇ ਤੁਸੀਂ ਆਪਣੇ ਲਈ ਅੱਜ ਫੈਸਲਾ ਕਰਨਾ ਪੈਗਾ ਤੁਹਾਨੂੰ ਜੇ ਤੁਸੀਂ ਕੌਮ ਦੀ ਖਾਤਰ ਫੈਸਲਾ ਨਾ ਕੀਤਾ ਤਾਂ ਮੈਂ ਫਿਰ ਹੁਣੇ ਪੰਜ ਪਿਆਰੇ ਸੱਦ ਕੇ ਤੁਹਾਨੂੰ ਹੁਕਮ ਜਾਰੀ ਕਰਵਾ ਦਿੰਦੇ ਆ ਕਿ ਤੁਸੀਂ ਸ਼੍ਰੀ ਦਰਬਾਰ ਸਾਹਿਬ ਤੋਂ ਸੁਰੱਖਿਤ ਹਾਲਾਤਾਂ ਵਿੱਚ ਨਿਕਲ ਜਾਓ ਲੇਕਿਨ ਇਸ ਮਸਲੇ ਦੇ ਵਿੱਚ ਦੋਨੇ ਡਟੇ ਰਹੇ ਦੋਨੇ ਨਹੀਂ ਜਾਣਾ ਚਾਹੁੰਦੇ ਸੀ ਨਾ ਇੱਕ ਪਾਕਿਸਤਾਨ ਜਾਣਾ ਚਾਹੁੰਦੇ ਸੀ ਤੇ ਨਾ ਹੀ ਇੱਕ ਸਰੈਂਡਰ ਕਰਨਾ ਚਾਹੁੰਦੇ ਸੀ ਤੇ ਫਿਰ ਇੱਕ ਨੇ ਸ਼ੀਦੀ ਪ੍ਰਾਪਤ ਕਰ ਲਈ ਤੇ ਇੱਕ ਨੇ ਗ੍ਰਿਫਤਾਰੀ ਦੇ ਦਿੱਤੀ ਦੋਨਾਂ ਦੀ ਕਮਿਟਮੈਂਟ ਸਾਰਿਆਂ ਦੇ ਸਾਹਮਣੇ ਸੀ ਜਥੇਦਾਰ ਗੁਰਚਨ ਸਿੰਘ ਟੋੜਾ ਹੋਣੀ ਜਦੋਂ ਵੀ ਲੋੜ ਪੈਂਦੀ ਸੀ ਸੰਤਾ ਨੂੰ ਤੇ ਉਹ ਪਹੁੰਚ ਜਾਂਦੇ ਸਨ ਜਦੋਂ 20 ਸਤੰਬਰ ਨੂੰ ਮਹਿਤਾ ਚੌਂਕ ਦੇ ਵਿੱਚ ਗ੍ਰਿਫਤਾਰੀ ਦਿੰਦੇ ਨੇ ਸੰਤਾ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਸਭ ਤੋਂ ਪਹਿਲਾਂ ਗ੍ਰਿਫਤਾਰੀ ਤੋਂ ਪਹਿਲਾਂ ਕੋਈ ਪਹੁੰਚਿਆ ਸੀ ਤਾਂ ਉਹ ਜਥੇਦਾਰ ਗੁਰਚਨ ਸਿੰਘ ਟੋੜਾ ਹੋਣੀ ਪਹੁੰਚੇ ਸਨ ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਜਿੱਥੇ ਦਾ ਗੁਰਚਨ ਸਿੰਘ ਟੋੜਾ ਹਮੇਸ਼ਾ ਹੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਲ ਡਟੇ ਰਹੇ ਮਦਦ ਵੀ ਕਰਦੇ ਰਹੇ ਸੰਜ ਰੈਲ ਤੋਂ ਗੁਰਾ ਨੂੰ ਜੀ ਹਾਂ ਉਹਦਾ ਆਲਮੋਸਟ ਬਹੁਤ ਮਿਲਦੇ ਸੀਗੇ ਰਾਦਰ 3 ਜੂਨ 1984 ਇਹਨਾਂ ਦੀ ਆਖਰੀ ਮੁਲਾਕਾਤ ਹੈ ਦਰਬਾਰ ਸਾਹਿਬ ਦੇ ਵਿੱਚ ਜਿਹਦੇ ਚ ਸੰਤਾਨਿਆਂ ਨੂੰ ਕਿਹਾ ਸੀ ਵੀ ਤੁਸੀਂ ਬਾਹਰ ਚਲੇ ਜਾਓ ਤੇ ਤੁਹਾਨੂੰ ਪਾਕਿਸਤਾਨ ਭੇਜ ਦੇਣਾ ਤੇ ਤੁਸੀਂ ਇਸ ਘਰ ਚ ਦੀ ਅਗਵਾਈ ਬਾਅਦ ਤੁਸੀਂ ਕਰੋ ਤੋਂ ਉਹ ਕਹਿੰਦੇ ਵੀ ਮੈਂ ਤਾਂ ਇੰਨਾ ਕਾਬਲ ਹੈ ਨਹੀਂ ਤੁਹਾਨੂੰ ਇਹ ਫੈਸਲਾ ਕਰ ਲੈਣਾ ਜੇ ਇਹਦਾ ਆਪਣੇ ਆਪ ਬਾਰੇ ਤੇ ਜੇ ਆਪਣੇ ਆਪ ਨਹੀਂ ਕਰਨਾ ਤੇ ਮੈਂ ਪੰਜ ਪੈਰਿਆਂ ਤੋਂ ਤੁਹਾਨੂੰ ਹੁਕਮ ਦਵਾ ਦਿੰਨੇ ਫੋ ਦੋਵੇਂ ਹੀ ਨਹੀਂ ਮੰਨੇ ਇੱਕ ਨੇ ਸ਼ਹੀਦੀ ਦੇ ਦਿੱਤੀ ਤੇ ਦੂਜਾ ਰੈਸਟ ਹੋ ਗਿਆ ਸੋ ਆਖਿਰ ਤੱਕ ਇਹਨਾਂ ਦਾ ਆਪਸ ਦੇ ਵਿੱਚ ਇਹ ਚੱਲਦਾ ਰਿਹਾ ਜਦੋਂ 20 ਸਤੰਬਰ ਸੰਦਰ ਲਾਲ ਸਿੰਘ ਨੇ ਆਪਣੀ ਗ੍ਰਿਫਤਾਰੀ ਦੇਣੀ ਸੀ ਮਹਤਾ ਚੌਕ ਉਦੋਂ ਵੀ ਜੇ ਕੋਈ ਸੀਨੀਅਰ ਲੀਡਰ ਪਹੁੰਚਿਆ ਸੀ ਉੱਥੇ ਤੇ ਪਰਚਾਰ ਸਿੰਘ ਤੌੜਾ ਸੀ ਇਹ ਹਮੇਸ਼ਾ ਉਹਨਾਂ ਨਾਲ ਕੰਦ ਬਣ ਕੇ ਖੜੇ ਰਹੇ ਸੀ ਅਖੀਰ ਤੱਕ ਕਰਨ ਜੀ ਇਹਨਾਂ ਨੇ ਸੀ ਕਿ ਪੰਥ ਰਾਸਤੇ ਕੰਮ ਕਰ ਰਹੇ ਆ। ਉਹਨਾਂ ਨੂੰ ਕਾਗਰ ਦਾ ਏਜੰਟਾਂ ਵਾਲੇ ਦਾ ਹੋਰ ਲੋਕ ਸੀਗੇ। ਇਹਨਾਂ ਨੂੰ ਸੰਜਨ ਦੇਲ ਸਿੰਘ ਦੀ ਪੰਥਕ ਜਿਹੜੀ ਕਮਿਟਮੈਂਟ ਹੈ ਉਹ ਤੇ ਕਦੇ ਵੀ ਸ਼ੱਕ ਨਹੀਂ ਸੀ ਹੋਇਆ। ਇਸ ਕਰਕੇ ਨਾਲ ਸੀ ਉਹਦੇ ਮਿਸ਼ਨ। ਜਸਦੇਵ ਗੁਰਚੰਦ ਸਿੰਘ ਟੋੜਾ ਹੋਣਾ ਤੇ ਵੀ ਹਮਲਾ ਆਇਆ। ਇੱਕ ਗਰੁੱਪ ਸੀ ਖਾੜਕੂਆਂ ਦਾ ਚਰਨਜੀਤ ਸਿੰਘ ਚੰਨੀ ਹੋਣਾ ਦਾ ਜਿਨ੍ਹਾਂ ਨੇ ਹਮਲਾ ਕੀਤਾ। ਕਿਸੇ ਸਮਾਗਮ ਤੋਂ ਬਾਅਦ ਰਾਤ ਦਾ ਸਮਾਂ ਹੋ ਚੁੱਕਾ ਸੀ ਤੇ ਇੱਕ ਢਾਬੇ ਤੇ ਜਥੇਦਾਰ ਗੁਰਚੰਦ ਸਿੰਘ ਟੋੜਾ ਹਣੀ ਖਾਣਾ ਸ਼ੱਕਰੇ ਸਨ ਉੱਥੇ ਹੀ ਉਹਨਾਂ ਤੇ ਹਮਲਾ ਹੋਇਆ ਸਾਥੀ ਮਾਰਗੇ ਸਨ ਇਹ ਜ਼ਖਮੀ ਹੋ ਗਏ ਸਨ ਸਿਰਫ ਜਥੇਦਾਰ ਗੁਰਚੰਦ ਸਿੰਘ ਟੋੜਾ ਹੀ ਨਹੀਂ ਬਲਕਿ ਜਥੇਦਾਰ ਜਗਦੇਵ ਸਿੰਘ ਤਲਵੰਡੀ ਤੇ ਵੀ ਹਮਲਾ ਹੋਇਆ ਸੀ ਹੋਰ ਵੀ ਬਹੁਤ ਸਾਰੀ ਕਾਲੀਆਂ ਤੇ ਹਮਲਾ ਹੋਇਆ ਪਰ ਬਾਅਦ ਚ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਖੜਕੂ ਗਰੁੱਪ ਨੇ ਹਮਲਾ ਕੀਤਾ ਸੀ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਸਲ ਦੇ ਵਿੱਚ ਬਲੂ ਸਟਾਰ ਤੋਂ ਪਹਿਲਾਂ ਔਰ ਬਲੂ ਸਟਾਰ ਤੋਂ ਬਾਅਦ ਵੀ ਜਿਹੜੇ ਖਾੜਕੂ ਨੇ ਉਹ ਬਹੁਤ ਸਾਰੇ ਅਕਾਲੀਆਂ ਨੂੰ ਆਪਣੀ ਲਹਿਰ ਦੇ ਵਿੱਚ ਅੜਿੱਕਾ ਸਮਝਦੇ ਸਨ ਇਸ ਕਰਕੇ ਉਹਨਾਂ ਨੇ ਕਈ ਕਾਲੀ ਲੀਡਰਾਂ ਤੇ ਵੀ ਹਮਲਾ ਕੀਤਾ ਜਿਨ੍ਹਾਂ ਚ ਜਥੇਦਾ ਗੁਰਚੰਦ ਸਿੰਘ ਟੋੜਾ ਜਗਦੀਪ ਸਿੰਘ ਤਲਵੰਡੀ ਤੇ ਹੋਰ ਵੀ ਨਾਮ ਨੇ ਜਿਹੜੇ ਚਕਤਾਰ ਸਿੰਘ ਹੋਣਾ ਨੇ ਦੱਸੇ ਨੇ ਉਹ ਪੋਸਟ ਬਲੂ ਸਟਾਰ ਉਹ ਇੱਕ ਪਾਲਿਸੀ ਬਣੀ ਸੀਗੀ ਮੈਂ ਦੂਸਰੀ ਕਿਤਾਬ ਚ ਮੇਰੀ ਜ਼ਿਕਰ ਹੈ ਉਸ ਚੀਜ਼ ਦਾ ਇੱਕ ਗਰੁੱਪ ਨੇ ਖੜਕਵਾਂ ਦੇ ਜਿਹੜੇ ਚਰਨੀ ਚੰਨੇ ਵਗੈਰਾ ਸਾਰੇ ਸੀਗੇ ਇਹਨਾਂ ਨੇ ਇਹ ਫੈਸਲਾ ਕੀਤਾ ਵੀ ਇਹ ਜਿਹੜੇ ਕਾਲੀ ਲੀਡਰ ਹੈ ਇਹ ਸਾਡੇ ਰਾਹ ਰੋੜਾ ਹੈ ਇਹ ਗੱਲ ਬਲਿਫ ਸਰ ਤੋਂ ਪਹਿਲਾਂ ਵੀ ਚੱਲੀ ਸੀ ਇੱਕ ਸੈਕਸ਼ਨ ਦੇ ਵਿੱਚ ਸੰਧਰ ਲੈਸ ਕੇ ਨੂੰ ਕੁਝ ਲੋਕ ਕਹਿੰਦੇ ਹੁੰਦੇ ਸੀਗੇ ਔਰ ਬਾਅਦ ਵਿੱਚ ਉਹੀ ਲੋਕ ਫਿਰ ਕਹਿੰਦੇ ਰਹੇ ਕਿ ਇਹ ਲੋਕ ਰੋੜਾ ਹੈਗੇ ਹਾਂਜੀ ਉਤੋਂ ਇਹ ਪੋਲਿਸੀ ਫਲੋ ਕੀਤੀ ਸੀ ਜਿਸ ਦਾ ਤਲਵੰਡੀ ਦੇ ਅਟੈਕ ਹੋਇਆ ਟੋੜਾ ਦਾ ਅਟੈਕ ਹੋਇਆ ਕੁਝ ਹੋਰ ਕਾਲੀ ਲੀਡਰਾਂ ਦੇ ਅਟੈਕ ਹੋਏ ਸੀਗੇ ਉਹ ਮਰੇ ਕਹਲਾ ਉਹਨਾਂ ਦੀ ਗਲਤੀ ਸੀ। ਨੇ ਅਟੈਕ ਹੋਇਆ ਅਟੈਕ ਦਾ ਮਤਲਬ ਵੀ ਆਪਣੇ ਜ਼ਿੰਮੇਵਾਰਾ ਢਾਬਾ ਤੇ ਬਾਹਰ ਤੇ ਖੜੇ ਸੀ ਜਿਦੋਂ ਰੋਟੀ ਕਾਣ ਲੱਗੇ ਰਾਤ ਨੂੰ ਉਦੋਂ ਅਟੈਕ ਹੋਇਆ ਇਹਨਾਂ ਤੇ। ਹਸਤਾ ਤੇ ਅੰਗਲੇ ਗੋਲੀ ਵਗੀ ਸੀ ਉਹ ਤੇ। 1 ਜੂਨ 1984 ਜਦ ਦੋਨੋਂ ਪਾਸਿਓਂ ਗੋਲੀ ਚੱਲ ਰਹੀ ਸੀ ਤਾਂ ਉਸ ਸਮੇਂ ਜਥੇਦਾਰ ਗੁਰਚੰਦ ਸਿੰਘ ਟੋੜਾ ਹੋਣਾ ਨੇ ਸੈਂਟਰ ਨੂੰ ਵੀ ਚਿੱਠੀ ਲਿਖੀ। ਪਰ ਉਸ ਸਮੇਂ ਵੇਲਾ ਲੰਘ ਚੁੱਕਾ ਸੀ ਵੇਲਾ ਬੀਤ ਚੁੱਕਾ ਸੀ ਇਸ ਮੌਕੇ ਕੋਈ ਇਦਾਂ ਦੀ ਚਾਂਸ ਹੀ ਨਹੀਂ ਸਨ ਕਿ ਗੋਲੀ ਰੁਕ ਜਾਵੇ ਮਸਲਾ ਦਾ ਹੱਲ ਨਿਕਲਾਵੇ ਔਰ ਕਿਸੇ ਦੀ ਵੀ ਜਾਨ ਨਾ ਜਾਵੇ ਔਰ ਇਹ ਵੀ ਜਗਤਾਰ ਸਿੰਘ ਹਣੀ ਦੱਸਦੇ ਨੇ ਕਿ 26 ਮਈ 1984 ਨੂੰ ਸ਼੍ਰੋਮਣੀ ਕਾਲੀ ਦਲ ਦੇ ਲੀਡਰਾਂ ਦੀ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਾਲ ਮੁਲਾਕਾਤ ਹੁੰਦੀ ਆ ਮੀਟਿੰਗ ਲੰਬੀ ਚੱਲਦੀ ਆ ਬਹੁਤ ਸਾਰੀਆਂ ਕੋਸ਼ਿਸ਼ਾਂ ਹੁੰਦੀਆਂ ਕਿ ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਅਜੇ ਹੋਰ ਨਾ ਵਿਗੜਨ ਖਾਸ ਕਰਕੇ ਸੰਤ ਜਨਰਲ ਸਿੰਘ ਭਿੰਡਰਾਂਵਾਲੇ ਨੂੰ ਲੈ ਕੇ ਸੈਂਟਰ ਸਰਕਾਰ ਕਾਫੀ ਸਕੀਮਾਂ ਘੜ ਰਹੀ ਸੀ ਜਦ ਮੀਟਿੰਗ ਚੱਲੀ ਤੇ ਮੀਟਿੰਗ ਦੇ ਵਿੱਚ ਕਿਹਾ ਕਿ ਅਗਰ ਤੁਹਾਡੀ ਗੱਲ ਮੰਨ ਵੀ ਲਈ ਜਾਵੇ ਤਾਂ ਤੁਹਾਡੇ ਚੋਂ ਕੌਣ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਗਵਾਹੀ ਦੇਣਗੇ ਕੌਣ ਜ਼ਿੰਮੇਵਾਰੀ ਲਏਗਾ ਉਸ ਮੀਟਿੰਗ ਦੇ ਵਿੱਚ ਜਿਹੜੇ ਬਾਕੀ ਅਕਾਲੀ ਦਲ ਦੇ ਲੀਡਰ ਉਹ ਤੇ ਚੁੱਪ ਕਰ ਗਏ ਲੇਕਿਨ ਜਥੇਦਾਰ ਗੁਰਚੰਦ ਸਿੰਘ ਟੋੜਾ ਹੋਣਾ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਜ਼ਿੰਮੇਵਾਰੀ ਲੈ ਲਈ ਉਸ ਮੀਟਿੰਗ ਦੇ ਵਿੱਚ ਜਿਹੜੇ ਸੈਂਟਰ ਦੇ ਵਜ਼ੀਰ ਬੈਠੇ ਸਨ ਉਹ ਗੱਲ ਸਮਝ ਚੁੱਕੇ ਸਨ ਪਰ ਕੁਝ ਕਾਰਨਾਂ ਨਹੀਂ ਸਿਚਾਉਂਦੇ ਉਹ ਮੀਟਿੰਗ ਚ ਗਏ ਕਿ ਅਸੀਂ ਪ੍ਰਧਾਨ ਮੰਤਰੀ ਇੰਦਰ ਗਾਂਧੀ ਨਾਲ ਗੱਲ ਕਰਕੇ ਆਵਾਂਗੇ ਉਸ ਤੋਂ ਬਾਅਦ ਸੈਂਟਰ ਸਰਕਾਰ ਦਾ ਕੀ ਰਵਈਆ ਰਹਿਣ ਵਾਲਾ ਇਹ ਤੁਹਾਨੂੰ ਸਥਿਤੀ ਸਪਸ਼ਟ ਕਰ ਦਿੱਤੀ ਜਾਏਗੀ 2 ਘੰਟੇ ਬਾਅਦ ਉਹ ਮੰਤਰੀ ਆਉਂਦੇ ਨੇ ਫਿਰ ਅਕਾਲੀਆਂ ਦੀ ਮੀਟਿੰਗ ਹੁੰਦੀ ਹੈ ਤੇ ਉਹ ਮੰਤਰੀ ਸਾਫ਼ ਕਰ ਦਿੰਦੇ ਨੇ ਕਿ ਚਾਹੇ ਤੁਸੀਂ ਸੰਤ ਜਰਨੈਲ ਸਿੰਘ ਭੰਡਰਾ ਵਾਲੇ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਪ੍ਰਦੇਸ਼ ਦੀ ਪ੍ਰਧਾਨ ਮੰਤਰੀ ਇਸ ਮਸਲੇ ਨਾਲ ਤੁਹਾਡੇ ਨਾਲ ਸਹਿਮਤ ਨਹੀਂ ਤੇ ਇਸ ਕਰਕੇ ਉਦੋਂ ਹੀ ਮੰਨਿਆ ਜਾ ਰਿਹਾ ਸੀ ਕਿ ਸੈਂਟਰ ਸਰਕਾਰ ਨੇ ਇਹ ਪਹਿਲਾਂ ਹੀ ਮਨ ਬਣਾ ਲਿਆ ਸੀ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਗਈਆਂ ਨੇ ਜਿੰਨਾ ਚ ਖਲਾਸ ਹੋਏ ਖਾਸ ਕਰਕੇ ਜਿਹੜੇ ਰੋ ਦੇ ਵਿੱਚ ਵੱਡੇ ਅਫਸਰ ਰਹੇ ਨੇ ਬਹੁਤ ਉੱਚ ਅਹੁਦੇ ਤੋਂ ਰਿਟਾਇਰ ਹੋਏ ਨੇ ਜੀਬੀਐਸ ਸੰਧੂ ਜਿਨ੍ਹਾਂ ਦੀ ਹਾਲ ਹੀ ਕਿਤਾਬ ਆਈ ਹੈ ਖਾਲਸਤਾਨ ਇੱਕ ਸਾਜ਼ਿਸ਼ ਉਹਦੇ ਵੀ ਸਭ ਕੁਝ ਪਰਤਾਂ ਖੁੱਲ ਚੁੱਕੀਆਂ ਕਿ ਆਖਰ ਉਸ ਸਮੇਂ ਦੇ ਜਿਹੜੇ ਹਕੂਮਤ ਸੀ ਉਹਨੇ ਕਿਵੇਂ ਸਕੀਮ ਕਢੀ ਸੀ ਕਿਵੇਂ ਵਿਉਂਤ ਕਢੀ ਸੀ ਤੇ ਜਗਤਾਰ ਸਿੰਘ ਹੁਣੇ ਜਿਹੜੀ 26 ਮਈ ਨੂੰ ਮੀਟਿੰਗ ਹੁੰਦੀ ਆ ਅਕਾਲੀ ਦਲ ਦੇ ਲੀਡਰਾਂ ਤੇ ਸੈਂਟਰ ਦੇ ਵਿਚਕਾਰ ਉਹ ਕੀ ਕੁਝ ਆ ਉਹ ਵੀ ਉਹਨਾਂ ਨੇ ਇਹ ਪਹਿਲੂ ਜਗ ਜਾਇਰ ਕੀਤਾ ਇਹ ਲਈ ਚਿੱਠੀਆਂ ਉਹਨਾਂ ਨੇ ਇੱਕ ਜੋਨ ਨੂੰ ਲਿਖੀ ਸੀ ਜਦੋਂ ਪਹਿਲੇ ਜੋਨ ਨੂੰ ਗੋਲੀ ਚੱਲੇ ਦੋਵੇਂ ਪਾਸਿਓਂ ਤੋ ਲਾਸਟ ਲੈਟਰ ਇਹਨਾਂ ਦੀ ਹੋ ਗਈ ਸੀ ਉਸ ਤੋਂ ਪਹਿਲਾਂ ਜਿਹੜੀ ਗਨਬੱਤ ਕੇਂਦਰ ਨਾਲ ਚੱਲਦੀ ਰਹੀ 26 ਮਈ ਨੂੰ ਲਾਸਟ ਮੀਟਿੰਗ ਹੈਗੀ ਹੈ ਜਿਹਦੇ ਚ ਅਲਟੀਮੇਟਲੀ ਮੈਸਿਕਾਂ ਨੇ ਬੈਕਆਊਟ ਕਰ ਗਈ ਉਹ ਮੀਟਿੰਗ ਕ੍ਰੂਸ਼ਲ ਹੈ ਸਾਰੀ ਗੱਲ ਤੇ ਆ ਕੇ ਔਰ ਅਖੀਰਲਾ ਪੁਆਇੰਟ ਸੀ ਕਿ ਸੰ ਜਰਨਲਿਸਟਿਕ ਪਟਿਆਲਾ ਦੀ ਜ਼ਿੰਮੇਵਾਰੀ ਕੌਣ ਲਏਗਾ ਤੋ ਇਹਨਾਂ ਨੇ ਕਹੇ ਵੀ ਜ਼ਿੰਮੇਵਾਰੀ ਮੈਂ ਲੈਣਾ ਤੁਸੀਂ ਫੈਸਲਾ ਕਰੋ ਤੇ ਬਾਕੀ ਉਹਨਾਂ ਦੀ ਜ਼ਿੰਮੇਵਾਰੀ ਮੇਰੀ ਹੈ ਉਹ ਜਿਹੜੇ ਕੇਂਦਰ ਦੇ ਵਜ਼ੀਰ ਸੀਗੇ ਉਹ ਕਹਿੰਦੇ ਸਾਨੂੰ ਟਾਈਮ ਦੇਓ ਥੋੜਾ ਜਿਹਾ ਅਸੀਂ ਮੈਸੇਜ ਕਾਦੇ ਨਾਲ ਗੱਲ ਕਰਕੇ ਆਉਨੇ ਆ ਇਹਨਾਂ ਨੇ ਆਪਣੇ ਵੱਲੋਂ ਹਾਂ ਕਰਤੀ ਸੀਗੀ ਸਾਰਾ ਕੁਝ ਆਲਮੋਸਟ ਸੈਟਲ ਹੋ ਗਿਆ ਸੀ ਉਹ 2 ਘੰਟੇ ਬਾਅਦ ਆਏ ਉਹ ਕਹਿੰਦੇ ਵੀ ਸਾਰੀ ਮੈਡਮ ਡੋਟ ਐਗਰੀ ਉੱਥੇ ਗਲਮ ਹੋ ਗਈ ਉਸ ਤੋਂ ਬਾਅਦ ਅਬਰੂਸਾਰ ਤਿਆਰ ਸੀ ਸੋ ਅਖੀਰਲੇ ਮਿੰਟ ਤੱਕ ਇਹਨਾਂ ਦੇ ਐਫਰਟ ਸੀ ਕਿ ਰੁਕੇ ਜਾਂਦੇ ਆ ਅੱਜ ਦੇ ਸਿਆਸੀ ਕਿਸੇ ਵਿੱਚ ਇੰਨਾ ਹੀ ਕੱਲ ਇੱਕ ਹੋਰ ਨਵਾਂ ਕਿੱਸਾ ਲੈ ਕੇ ਹਾਜ਼ਰ ਹੋਵਾਂਗੇ ਜਥੇਦਾਰ ਗੁਰਚੰਦ ਸਿੰਘ ਟੋੜਾ ਹੋਣਾਂ ਦੀ ਸ਼ਖਸੀਅਤ ਬਾਰੇ ਨਵਾਂ ਖਲਾਸਾ ਕਰਾਂਗੇ ਤਾਂ ਉਮੀਦ ਕਰਦੇ ਹਾਂ ਕਿ ਜਿਹੜਾ ਸਿਆਸੀ ਕਿੱਸਾ ਪ੍ਰੋਗਰਾਮ ਅਸੀਂ ਵਿਸ਼ੇਸ਼ ਤੌਰ ਤੇ ਤੁਹਾਡੇ ਵਾਸਤੇ ਸ਼ੁਰੂ ਕੀਤਾ ਹੈ ਉਹ ਤੁਹਾਨੂੰ ਕਾਫੀ ਪਸੰਦ ਆ ਰਿਹਾ ਹੋਊਗਾ ਜੇ ਤੁਹਾਡੇ ਕੋਲ ਵੀ ਕਿਸੇ ਵੀ ਲੀਡਰ ਬਾਰੇ ਕੋਈ ਸਿਆਸੀ ਕਿੱਸਾ ਹੈ ਜਿਹੜਾ ਤੁਸੀਂ ਆਪ ਦੇਖਿਆ ਆਪ ਸੁਣਿਆ ਅੱਖੀਂ ਵੇਖਿਆ ਉਹ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਉਹ ਸਿਆਸੀ ਕਿਸੇ ਨੂੰ ਕਵਰ ਕਰਾਂਗੇ ਤੇ ਜੋ ਸਾਡੇ ਚਾਹਣ ਵਾਲੇ ਦਰਸ਼ਕ ਨੇ ਸਾਨੂੰ ਵੇਖਣ ਵਾਲੇ ਦਰਸ਼ਕ ਨੇ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਆਪਣੇ ਸੁਝਾਅ ਜ਼ਰੂਰ ਭੇਜੋ ਔਰ ਖਾਸ ਕਰਕੇ ਸਾਡਾ ਪੇਜ ਲਾਈਕ ਵੀ ਕਰੋ ਸਬਸਕ੍ਰਾਈਬ ਵੀ ਕਰੋ ਤੇ ਸ਼ੇਅਰ ਵੀ ਕਰੋ ਫਿਲਹਾਲ ਇਸੇ ਤਰ੍ਹਾਂ ਦੇਖਦੇ ਰਹੋ ਫਿਲਹਾਲ ਇਸੇ ਤਰ੍ਹਾਂ ਹੀ ਦੇਖਦੇ ਰਹੋ ABC ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ